ਜਲੰਧਰ ਵਿੱਚ ਜ਼ਮੀਨੀ ਵਿਵਾਦ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਖੁਦ ਪ੍ਰਾਪਰਟੀ ਦੇ ਮਾਲਕ ਨੂੰ ਉਸ ਦੀ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪ੍ਰਾਪਰਟੀ ਮਾਲਕ ਨੇ ਇਸ ਮਾਮਲੇ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਲੰਧਰ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਕਪੂਰ ਪ੍ਰਾਪਰਟੀ ਡੀਲਰ ਵਾਲੇ ਆਏ ਸਨ। ਉਹਨਾਂ ਦਾ ਕਹਿਣਾ ਹੈ ਕਿ ਆਦਰਸ਼ ਨਗਰ ਵਿੱਚ ਇੱਕ ਪ੍ਰਾਪਰਟੀ ਵਿਕਾਊ ਹੈ। ਜਦੋਂ ਉਹ ਕੋਠੀ ਦੇਖਣ ਗਏ ਤਾਂ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਦੀ ਹੀ ਕੋਠੀ ਸੀ ਜਿਸ 'ਤੇ ਤਾਲਾ ਉਹਨਾਂ ਦਾ ਲੱਗਾ ਹੋਇਆ ਸੀ। ਇਸ ਨੂੰ ਦੇਖ ਕੇ ਚਰਨਜੀਤ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਇਸ ਨੂੰ ਲੈ ਕੇ ਚਰਨਜੀਤ ਸਿੰਘ ਨੇ ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਵਾਰਤਾ ਕੀਤੀ ਹੈ। 224 ਨੰਬਰ ਮੇਰੀ ਕੋਠੀ ਸੀ। ਕੁਝ ਟਾਈਮ ਪਹਿਲੇ ਸ਼ਾਮ ਵੇਲੇ 5 ਵਜੇ ਮੇਰੇ ਕੋਲ ਇੱਕ ਪ੍ਰਾਪਰਟੀ ਡੀਲਰ ਆਏ, ਕਹਿੰਦਾ ਨਾ ਹੁੰਦਾ ਕਿ ਤੁਹਾਨੂੰ 100 ਦਾ ਹੀ ਸਸਤਾ ਲੈ ਦਿੰਦੇ ਹਾਂ। ਮੇਰੇ ਘਰ ਨਾਲ ਹੀ 224 ਨੰਬਰ ਨਾਲ 210 ਨੰਬਰ ਦਰਸ਼ਨਗਰ ਮੇਰੀ ਰਿਹਾਇਸ਼ ਹੈਗੀ, ਮੈਂ ਉੱਥੇ ਰਹਿਣਾ। ਉਸ ਤੋਂ ਬਾਅਦ ਜਦੋਂ ਮੇਰੇ ਕੋਲ ਆਇਆ ਬੰਦਾ ਤਾਂ ਮੈਂ ਕਿਹਾ ਚਲੋ ਜਗ੍ਹਾ ਦਿਖਾਓ ਸਸਤੀ। ਉਹ ਬੰਟਾ ਬੰਦਾ ਹੈਗਾ ਕਪੂਰ ਪ੍ਰਾਪਰਟੀ ਡੀਲਰ, ਉਹ ਨਾਲ ਇਹ ਭਾਈ ਸਾਹਿਬ ਨੂੰ ਨਾਲ ਲੈ ਕੇ ਆਏ ਸਨ, ਬੰਟੀ ਜੀ ਨਾਂ ਇਹਨਾਂ ਦਾ। ਇਹ ਮੇਰੇ ਕੋਲ ਜਦੋਂ ਆਏ, ਇਹਨਾਂ ਨੇ ਜਦੋਂ ਮੈਂ ਪਹੁੰਚਿਆ ਉੱਥੇ, ਇਹਨਾਂ ਜਦੋਂ ਮੇਰੇ ਹੀ ਜਗ੍ਹਾ ਦਾ ਜਿਹੜੀ ਜਗ੍ਹਾ ਮੇਰੇ ਕੋਲ ਸੀ ਉਹਦਾ ਕਲਚ ਕਰਕੇ ਤਾਲਾ ਖੋਲਿਆ, ਮੈਂ ਇਹਨਾਂ ਨਾਲ ਨਾਰਾਜ਼ ਵੀ ਹੋਇਆ। ਉਸ ਤੋਂ ਬਾਅਦ ਇਹਨਾਂ ਮੈਨੂੰ ਸਾਰੀ ਆਪਣੀ ਕਹਾਣੀ ਦਿੱਤੀ, ਕਹਿੰਦੇ ਸੌਦਾ ਮੈਂ ਕੀਤਾ ਹੋਇਆ। ਮੈਂ ਕਿਹਾ ਸੌਦਾ ਤੁਸੀਂ ਕਰਨ ਕਰ ਲਿਆ। ਫਿਰ ਮੈਂ ਇਹਨਾਂ ਜਦੋਂ ਨਾਂ ਪੜ੍ਹੋ, ਇਹਨਾਂ ਨਾਂ ਪਹਿਲਾਂ ਨਾਂ ਪੜ੍ਹਿਆ ਹਰਬੰਸ ਸਿੰਘ ਜੀ, ਹਰਬੰਸ ਸਿੰਘ ਤੋਂ ਬਾਅਦ ਨਾਂ ਦੇ ਕਹਿੰਦੇ ਚਰਨਜੀਤ ਸਿੰਘ ਨੇ ਵੇਚੀ। ਮੈਂ ਕਿਹਾ ਚਰਨਜੀਤ ਸਿੰਘ ਤਾਂ ਮੈਂ ਹੈਗਾ, ਆਪ ਹੈਗਾ। ਫਿਰ ਦੂਜਾ ਨਾਂ ਇਹਨਾਂ ਮੇਰੀ ਮਿਸਿਜ ਦਾ ਬੋਲਿਆ, ਮੈਂ ਕਿਹਾ ਉਹ ਤਾਂ ਮੇਰੀ ਵਾਈਫ ਦਾ ਨਾਂ ਹੈਗਾ। ਫਿਰ ਮੇਰੇ ਬੇਟੇ ਰਜਿੰਦਰਪਾਲ ਦਾ ਨਾਂ ਬੋਲਿਆ, ਫਿਰ ਇਹਨਾਂ ਦੀ ਮਿਸਿਜ ਦਾ ਨਾਂ ਬੋਲਿਆ। ਮੈਂ ਕਿਹਾ ਤਾਂ ਬੋਗਲ ਨੇ, ਮੈਂ ਕਿਹਾ ਸਾਡੀਆਂ ਫੋਟੋਆਂ ਹੀ ਹੈ ਨਹੀਂ, ਤੁਸੀਂ ਕਿੱਦਾਂ ਆ ਗਏ? ਇਹ ਠੰਡੇ ਪੈ ਗਏ ਨਾ। ਫਿਰ ਬੰਦੇ ਇਕੱਠੇ ਕੀਤੇ, ਫਿਰ ਉਸ ਬੰਦੇ ਨੂੰ ਕਹਿੰਦੇ ਬਗਨੇ ਸਾਡੇ ਨਾਲ ਕਹਿੰਦੇ ਫਰਾਡ ਹੋ ਗਿਆ। ਇਹਨਾਂ ਮੈਨੂੰ ਜੋ ਦੱਸਿਆ, ਉਸ ਤੋਂ ਬਾਅਦ ਉਹਨਾਂ ਕੋਲ ਮੈਂ ਕਾਪੀ ਲੈ ਲਈ ਇਹਨਾਂ ਕੋਲੋਂ। ਅੱਜ ਸਵੇਰੇ ਅਸੀਂ DC ਦਫ਼ਤਰ ਦੇ ਕੇ, ਤਹਿਸੀਲਦਾਰ ਨੂੰ ਦੇ ਕੇ, ਆਪਣਾ ਪੁਲਿਸ ਕਮਿਸ਼ਨਰ ਨੂੰ ਦੇ ਕੇ ਇਹ ਅਸੀਂ ਹੋਣ ਆ ਕੇ ਪ੍ਰੈਸ ਕਾਨਫਰੰਸ ਕਰਨ ਲਈ। ਮੈਂ ਚਾਹੁੰਦਾ ਇਹੋ ਜਿਹਾ ਧੋਖਾ ਸਿਰਫ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ, ਇਹਨਾਂ ਦੀ ਮਿਲੀ ਭਗਤ ਦਾ ਸਾਰਾ ਕੰਮ ਹੈ। ਤਹਿਸੀਲਦਾਰ ਤਹਿਸੀਲਦਾਰ ਲੈ ਕੇ ਪਟਵਾਰੀ ਤੱਕ ਕੀ, ਔਰ ਆਪਣਾ ਲੰਬੜਦਾਰ ਕੀ, ਜਿਹੜੇ ਇਹਨਾਂ ਦੇ ਗਵਾਹ ਨੇ ਸਾਰੇ ਡੁਪਲੀਕੇਟ ਨੇ। ਸਾਰੇ ਮੇਰੇ ਆਧਾਰ ਕਾਰਡ, ਸਾਡੇ ਆਧਾਰ ਕਾਰਡਾਂ ਦੇ ਡੁਪਲੀਕੇਟ ਨੰਬਰ ਦੇਖ ਕੇ ਸਾਡੀਆਂ ਫੋਟੋਆਂ ਲਾਈਆਂ ਉਹਨਾਂ 'ਤੇ, ਉਹਨਾਂ ਦੇ ਨਾਮ 'ਤੇ ਸਾਡਾ ਆਪਣੀਆਂ ਫੋਟੋਆਂ ਲਾ ਕੇ ਉਹਨਾਂ ਨੇ ਉਹ ਫੋਟੋ ਖਿਚਾ ਕੇ ਦਿੱਤੀ। ਉਹਨਾਂ ਨੇ ਸਾਰਿਆਂ ਨੇ ਆਪਣੀਆਂ ਫੋਟੋਆਂ ਲਾਈਆਂ, ਔਰ ਉਹ ਬਿਲਕੁਲ ਡੁਪਲੀਕੇਟ ਫੋਟੋਆਂ ਲਾ ਕੇ, ਜਿਹੜੀ ਨਾਮ ਦੀ ਇਹਨਾਂ ਕੋਲ ਟੋਰ ਨਹੀਂ ਹੈਗੀ, ਉਹ ਟੋਰ ਦੀ ਕਾਪੀ ਤਾਂ ਦੇ ਰਹੇ ਹਾਂ। ਉਹ ਬੰਦਿਆਂ ਦੀਆਂ ਫੋਟੋਆਂ ਵੀ ਡੁਪਲੀਕੇਟ ਨੇ, ਨਾਂ ਸਾਡੇ ਲਿਖੇ ਨੇ ਉਹਨਾਂ ਦੀ ਫੋਟੋਆਂ, ਔਰ ਸਾਰਾ ਜਿਹੜਾ ਕੰਮ ਹੈ ਉਹ ਵੀ ਦੀ ਮਲੀ ਮਿਲੀ ਭਗਤ ਨਾਲ ਸਾਰਾ ਕੰਮ ਹੋਇਆ। ਵਿੱਚ ਸਾਰੇ ਜਿੰਨੇ ਆਫਿਸ ਦੇ ਬੰਦੇ ਨੇ, ਟੋਟਲ ਸਾਡੀਆਂ ਕਾਪੀਆਂ ਕੱਢੀਆਂ ਗਈਆਂ ਨੇ, ਸਾਰਾ ਕੰਮ ਤਹਿਸੀਲਦਾਰ ਆਫਿਸ ਦੇ ਵਿੱਚ। ਤਹਿਸੀਲਦਾਰ ਸਿੱਧੂ ਸਾਹਿਬ ਹੈਗੇ ਨੇ, ਅਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਹਾਂ। ਵਨ ਦੇ ਅਸੀਂ ਗਏ ਸੀ, ਉਹਨਾਂ ਨੂੰ ਅਸੀਂ ਐਪਲੀਕੇਸ਼ਨ ਵੀ ਦੇ ਕੇ ਆਏ ਹਾਂ ਵੀ ਇਹ ਤੁਹਾਡੀ ਭਗਤ ਨਾਲ ਕਿਰਪਾ ਹੋਇਆ ਕੰਮ, ਸਾਰਾ ਜਿਹੜਾ ਵੀ ਕੰਮ ਇਹ ਕੀਤਾ ਗਿਆ ਬੜਾ ਗਲਤ ਕੀਤਾ ਗਿਆ। ਅਸੀਂ ਪੰਜਾਬ ਸਰਕਾਰ ਨੂੰ ਇੱਕ ਸਲਾਮੀ ਦਿੰਦੇ ਹਾਂ, ਪਿਆਰ ਨਾਲ ਕਹਿੰਦੇ ਹਾਂ, ਇਹੋ ਜਿਹੇ ਬੰਦਿਆਂ ਨੂੰ ਇਮੀਡੀਏਟ ਫੜਿਆ ਜਾਵੇ ਔਰ ਇਮੀਡੀਏਟ ਇਹਨਾਂ ਨੂੰ ਅਰੈਸਟ ਕੀਤਾ ਜਾਵੇ। ਜਿਹੜੇ ਬੰਦੇ ਸਾਰੇ ਹੈਗੇ ਨੇ, ਸਾਡੀ ਰਜਿਸਟਰੀ ਕੈਂਸਲ, ਜਿਹੜੀ ਸਾਡੀ ਟੋਰ ਨਹੀਂ ਬਣਾਈ ਬੋਗਸ, ਉਹ ਕੈਂਸਲ ਕਰਾਈ ਜਾਵੇ। ਓਰੀਜਨਲ ਪੇਪਰ ਸਾਡੇ ਘਰ ਪਏ ਨੇ, ਵੇਖੋ ਕਿੰਨੀ ਹੈਰਾਨਗੀ ਦੀ ਗੱਲ ਹੈ। 224 ਲੈ ਖਰੀਦਣ ਵਾਲਾ ਕੀ ਕਰ ਰਿਹਾ? 224 ਨੰਬਰ ਕਹਿੰਦਾ ਮੈਂ ਰਹਿ ਰਿਹਾ, ਉਹ 224 ਨੰਬਰ ਦੀ ਕੋਠੀ ਪਰਚੇਜ ਕਰ ਰਿਹਾ ਅਤੇ 200 ਅਟੋਰਨੀ ਲੈ ਰਿਹਾ, 224 ਨੰਬਰ ਦਾ ਆਧਾਰ ਕਾਰਡ ਦੇ ਰਿਹਾ। ਉਹ ਦੱਸੋ ਇਹ ਕਿੱਦਾਂ ਦੀ ਗੱਲ ਹੈਗੀ? ਜਦਕਿ 224 ਨੰਬਰ ਜਗ੍ਹਾ ਮੇਰੀ ਪੈ ਹੀ ਰਹਿੰਦਾ ਹੀ ਕੋਈ ਨਹੀਂ, ਉੱਥੇ ਅਸਲ ਡਾਕੂਮੈਂਟ ਕੋਈ ਦੇਖੇ ਨਹੀਂ, ਸਾਰੇ ਬੋਗਸ ਕੰਮ ਕੀਤੇ ਗਏ ਨੇ ਔਰ ਇਹਨਾਂ ਦੇ ਆਧਾਰ ਕਾਰਡ ਸਭ ਜਾਲੀ ਨੇ, ਉਹਨਾਂ ਕੋਲ ਜਿਹੜੀਆਂ ਵੀ ਜਾਲੀ ਵੀ ਨੇ, ਆਧਾਰ ਕਾਰਡ ਜਾਲੀ ਨੇ, ਹਰ ਚੀਜ਼ ਜਾਲੀ ਹੈ। ਪਟੋਨੀ ਇਹ ਸਾਨੂੰ ਕੁਦਰਤ ਨੇ ਬਚਾਤਾ, ਅਸੀਂ ਵਾਹਿਗੁਰੂ ਨੇ ਅਸੀਂ ਨਾਮ ਦੀ ਦੇਖ ਲਿਆ ਵੀ ਇਹ ਤਾਂ ਟਾਈਮ ਨਾਲ ਆ ਗਿਆ ਸਾਡੇ ਕੋਲ ਸੌਦਾ ਲੈਣ ਲਈ, ਉਹ ਸਾਨੂੰ ਲੈ ਕੇ ਗਿਆ ਜਗ੍ਹਾ ਤੁਸੀਂ ਲੈ ਦੇ, ਸਾਨੂੰ ਵੇਚਣ ਆਏ ਨੇ, ਸਾਨੂੰ ਵੇਚਣ ਆਏ ਸੌਦਾ, ਸਾਡਾ ਹੀ ਸੌਦਾ, ਸਾਡੀ ਜਗ੍ਹਾ, ਸਾਡਾ ਹੀ ਘਰ, ਸਾਨੂੰ ਵੇਚਣ ਆ ਗਿਆ। ਦੇਖੋ ਕਿੰਨੀ ਹੈਰਾਨਗੀ, ਇੰਨੀ ਲੁੱਟਮਾਰ ਹੋ ਗਈ, ਇਸ ਤੋਂ ਵੱਡੀ ਕੀ ਹੇਰਾਫੇਰੀ ਪੰਜਾਬ ਵਿੱਚ ਹੋ ਸਕਦੀ? ਅਸੀਂ ਨਾਮ ਦੀ ਪੰਜਾਬ ਸਰਕਾਰ ਨੂੰ ਇਹ ਜ਼ਰੂਰ ਕਹਿੰਦੇ ਹਾਂ, ਮੈਂ ਖਾਸ ਕਰਕੇ ਸਿੱਧੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਬਈ ਉਹ ਕੰਮ ਸੋ ਕੰਮ, ਕੰਮ ਸੋ ਕੰਮ ਨਾ ਹੁੰਦਾ ਕਿ ਤੁਸੀਂ ਜਿੰਨਾ ਤੁਹਾਡਾ ਨਾਂ ਹੈਗਾ ਸਾਡੇ ਪੰਜਾਬ ਵਿੱਚ, ਅੱਜ ਕਰਕੇ ਦਿਖਾਓ। ਸਵੇਰੇ ਬੰਦੇ ਅੰਦਰ ਹੋਏ ਹੋਣੇ ਚਾਹੀਦੇ ਨੇ ਸਾਰੇ, ਇੱਕ ਬੰਦੇ ਫੜ ਕੇ ਅਸੀਂ ਪੁਲਿਸ ਕਮਿਸ਼ਨ ਕੋਲ ਗਏ ਹਾਂ, ਸਾਡੀ ਬੜੀ ਉਹਨਾਂ ਰਿਸਪੈਕਟ ਨਾਲ ਗੱਲ ਸੁਣੀ, ਸਾਰੇ ਦਫ਼ਤਰਾਂ 'ਚ ਗਏ ਹਾਂ, ਬੜੀ ਇੱਜ਼ਤ ਨਾਲ ਸਾਡੀ ਉਹਨਾਂ ਗੱਲ ਸੁਣੀ, ਸਾਡੀਆਂ ਐਪਲੀਕੇਸ਼ਨ ਲਈਆਂ, ਕਹਿੰਦੇ ਵੱਧ ਤੋਂ ਵੱਧ ਕਰਾਂਗੇ, ਸਾਨੂੰ ਉਹਨਾਂ ਬੜਾ ਭਰੋਸਾ ਦਿੱਤਾ ਹੈ। ਅਸੀਂ ਸਰਕਾਰ ਗੌਰਮੈਂਟ ਨੂੰ ਕਹਿੰਦੇ ਹਾਂ ਸਾਨੂੰ ਭਰੋਸਾ ਪੂਰੇ ਸਾਨੂੰ ਲਵੇ ਵੀ ਤਾਂ ਜੋ ਅਸੀਂ ਕੱਲ੍ਹ ਤੱਕ ਦਾ ਜਮਾਨਾ ਹੋਵੇ ਵੀ ਇਹਨਾਂ ਕਰ ਲਿਆ।
ਉੱਧਰ ਪ੍ਰੋਪਰਟੀ ਡੀਲਰ ਮਨਦੀਪ ਬੰਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਪਲਾਟ ਦਾ ਸੌਦਾ ਜਿਸ ਦੇ ਨਾਲ ਕੀਤਾ ਸੀ ਉਸ ਨੇ ਅਜਿਹੇ ਕਾਗਜ਼ ਦਿਖਾਏ ਸਨ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੇ 10 ਲੱਖ ਦਾ ਬਿਆਨਾ ਵੀ ਦਿੱਤਾ ਸੀ ਜਦੋਂ ਕਿ ਇਹ ਕਾਗਜ਼ ਸਾਰੇ ਨਕਲੀ ਹਨ। ਮੇਰਾ ਨਾਮ ਦਰਦੋਸ਼ ਬੰਟੀ ਜੀ, ਪ੍ਰੋਪਰਟੀ ਦਾ ਕੰਮ ਹੈ ਜੀ ਸਾਡਾ, ਅਤੇ ਇੱਕ ਮੋਬਾਈਲਾਂ ਵਾਲਾ ਮੁੰਡਾ ਮਨਦੀਪ ਉਹਨਾਂ ਕੋਲ ਆਉਂਦੇ ਸੀ ਸਰਦਾਰ ਹਰਬੰਸ ਸਿੰਘ ਜੀ, ਅਤੇ ਉਹਨ ਮੇਰੇ ਕੋਲ ਲੈ ਕੇ ਆਏ ਇਸ ਤਰ੍ਹਾਂ ਪ੍ਰੋਪਰਟੀ ਮੈਨੂੰ ਦਿਖਾਈ ਉਹਨਾਂ ਨੇ, ਅਤੇ ਜਦੋਂ ਕਾਗਜ਼ ਉਹਨਾਂ ਕੋਲ ਮੰਗਾਏ ਅਤੇ ਕਾਗਜ਼ ਦੇਖੇ, ਕਾਗਜ਼ ਸਾਨੂੰ ਠੀਕ ਲੱਗੇ, ਅਤੇ ਆਪਾਂ ਜਦੋਂ ਕਿਸੇ ਨਾਲ ਗੱਲ ਕੀਤੀ ਉਦੋਂ ਵਕੀਲਾਂ ਦੇ ਕੋਲ ਲਿਖਾਇਆ ਸੀ, ਜਦੋਂ ਗੱਲ ਕੀਤੀ ਉੱਥੇ ਜਾ ਕੇ ਪ੍ਰੋਪਰਟੀ ਕਿਸੇ ਗਾਹਕ ਲਾਇਆ ਅੱਗੇ ਜਾ ਕੇ, ਅਤੇ ਮਾਲਕ ਆ ਗਏ, ਮਾਲਕ ਨਾਲ ਤੂੰ ਤੂੰ ਮੈਂ ਹੋਈ, ਉਹ ਕਹਿੰਦਾ ਪ੍ਰੋਪਰਟੀ ਸਾਡੀ ਹੈ। ਜਦੋਂ ਉਹਨੇ ਕਾਗਜ਼ ਸਾਨੂੰ ਦਿਖਾਓ, ਅਸੀਂ ਦਿਖਾਏ ਉਹਨਾਂ ਨੂੰ, ਅਤੇ ਉਹ ਜਾਅਲੀ ਕਾਗਜ਼ ਨਿਕਲੇ। ਪਹਿਲੀ ਵੈਰੀਫਾਈ ਵੀ ਨਹੀਂ ਕੀਤੇ ਹੈਗੇ ਕਾਗਜ਼, ਜੋ ਫੋਟੋ ਲੱਗੀ ਤਹਿਸੀਲਦਾਰ ਦੇ ਆ, ਸਭ ਕੋਲ ਅਟੋਰਨੀ ਹੋਈ ਹੋਈ, ਫਰਦ ਨਾਲ ਲੱਗੀ ਹੋਈ, ਸਾਰੇ ਕਾਗਜ਼ ਅਸੀਂ ਪੜ੍ਹੇ ਆ। ਨਹੀਂ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ। 10 ਲੱਖ ਰੁਪਈਆ ਮਰਲੇ ਦੇ ਹਿਸਾਬ ਨਾਲ ਸਾਡੇ ਨਾਲ। ਹਾਂਜੀ, ਅਸੀਂ ਆਪਣੀ ਕਾਰਵਾਈ ਆਪਣੀ ਵੀ ਦਿੰਦੇ ਹਾਂ ਜੀ, ਅਸੀਂ ਕੰਪਲੇਂਟ ਤੋਂ ਵੱਖਰੀ ਅਲੱਗ ਦੇਵਾਂਗੇ ਜੀ। ਇਸ ਮੌਕੇ ਤੇ ਕਾਂਗਰਸ ਨੇਤਾ ਤੇ ਕੌਂਸਲਰ ਜਗਦੀਪ ਸਮਰਾਏ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 8 ਦਿਨਾਂ ਦੇ ਅੰਦਰ ਧੋਖਾਧੜੀ ਕਰਨ ਵਾਲੇ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਉਹ ਆਪਣੀ ਹੀ ਪਾਰਟੀ ਦੀ ਸਰਕਾਰ ਵਿਰੁੱਧ ਸੰਘਰਸ਼ ਕਰਨਗੇ। ਮੇਰੇ ਦੋਸਤ ਚਰਨਜੀਤ ਸਿੰਘ ਜੀ ਰਾਜਪਾਲ ਔਰ ਉਹਨਾਂ ਦਾ ਬੇਟਾ ਰਜਿੰਦਰ ਸਿੰਘ ਰਾਜਪਾਲ ਜੀ ਔਰ ਸਾਡੇ ਬਹੁਤ ਹੀ ਮੇਰੇ ਸਰਕਾਰਯੋਗ ਸਰਬਜੀਤ ਸਿੰਘ ਰਾਜਪਾਲ ਐਡਵੋਕੇਟ ਜੀ, ਇਹਨਾਂ ਦੇ ਸਾਥੀ ਬ੍ਰਦਰ, ਇਹਨਾਂ ਨਾਲ ਇੱਕ ਫਰੋਡ ਹੋਇਆ ਜਲੰਧਰ ਦੇ ਵਿੱਚ, ਜਿਹੜਾ ਬੜਾ ਮਨ ਭਾਗਾ ਹੋਇਆ, ਕਿਉਂਕਿ ਇਹਨਾਂ ਦੀ ਹੀ ਜ਼ਮੀਨ, ਇਹਨਾਂ ਦੇ ਹੀ ਲੋਕ ਲੱਗੇ। ਉਹ ਮਤਲਬ ਇਸ ਤਰ੍ਹਾਂ ਹੋਇਆ, ਇਹ ਜਦੋਂ ਪਾਵਰ ਅਟੋਰਨੀ ਕਿਸੇ ਦੇ ਨਾਂ ਦੂਸਰੀ ਆਪਣੀ ਜਦੋਂ ਇਹਨਾਂ ਨੇ ਵੇਚੀ ਜਗ੍ਹਾ, ਕੋਈ ਹੋਰ ਵੇਚ ਗਿਆ, ਕਿਸੇ ਨੇ ਬਿਆਨਾ ਕਰਾਇਆ, ਜਦੋਂ ਬਿਆਨਾ ਕਰਾ ਕੇ ਉਹਨਾਂ ਦੀ ਜਗ੍ਹਾ ਕਿਸੇ ਨੂੰ ਦਿਖਾਉਣ ਗਏ, ਉਹਨਾਂ ਦੇ ਘਰ ਵਿੱਚ ਹੀ ਦਿਖਾਉਣ ਗਏ। ਜਦੋਂ ਚਰਨਜੀਤ ਉਹਨਾਂ ਦੇ ਘਰ ਗਏ, ਜਦੋਂ ਲੋਕ ਖੋਲਿਆ ਗਿਆ, ਉਹੀ ਲੋਕ ਹੈ, ਚਾਬੀਆਂ ਡੁਪਲੀਕੇਟ ਹੈ, ਡੁਪਲੀਕੇਟ ਹੀ ਆਈਡੈਂਟੀ ਕਾਰਡ ਬਣਾ ਲਏ, ਆਧਾਰ ਕਾਰਡ, ਆਈਡੈਂਟੀ ਕਾਰਡ ਜਿੰਨੇ ਵੀ ਬਣਾਏ ਉਹਨਾਂ ਦੇ ਫੈਮਿਲੀ ਦੇ ਸਾਰੇ ਚਰਨਜੀਤ ਸਿੰਘ ਉਹਨਾਂ ਦੇ, ਉਹ ਡੁਪਲੀਕੇਟ ਹੋਏ। ਉਹ ਇਸ ਤਰ੍ਹਾਂ ਤਾਂ ਡੁਪਲੀਕੇਟ ਹੋ ਨਹੀਂ ਸਕਦੇ ਸੀ, ਉਹਨਾਂ ਦੇ ਨਾਮ, ਉਹਨਾਂ ਦੇ ਐਡਰੈਸ ਪ੍ਰੋਪਰ, ਉਹਨਾਂ ਦੀ ਵਾਈਫ ਦਾ ਨਾਮ ਵਿੱਚ ਆਇਆ, ਰਾਜ ਰਜਿੰਦਰ ਜੀ ਦਾ ਨਾਮ ਆ, ਉਹਨਾਂ ਦੇ ਬੇਟੇ ਦਾ ਜਦੋਂ ਨਾਮ ਆਇਆ, ਉਹ ਹੈਰਾਨ ਪਰੇਸ਼ਾਨ ਹੋਏ। ਉਸ ਦੇ ਵਿੱਚ ਉਹਨਾਂ ਨੇ ਉਸੇ ਟਾਈਮ ਤਤਕਾਲ, ਜਦੋਂ ਸ਼ਾਮ ਨੂੰ, ਕੱਲ੍ਹ ਦੀ ਗੱਲ ਹੈ, ਅਸੀਂ ਇਕੱਠੇ ਹੋਏ ਸਾਰੇ, ਫਿਰ ਰਿਪੋਰਟ ਕਰਨ ਗਏ, ਫਿਰ ਅੱਜ ਡੀਸੀ ਸਾਹਿਬ ਨਹੀਂ ਸੀਗੇ, ADC ਸਾਹਿਬ ਨੂੰ ਮਿਲੇ, CP ਸਾਹਿਬ ਨੂੰ ਮਿਲੇ, ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਸਾਡੇ ਨਾਲ ਉਹਨੀ ਮਦਦ ਕਰਨੀ ਚਾਹੀ। ਉਸੇ ਟਾਈਮ ਉਹ ਕਹਿੰਦੇ ਅਸੀਂ ਹੁਣ ਪਰਚਾ, ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਵੀ ਕੀਤੀ ਜਾਵੇਗੀ, ਔਰ ਜਿਨ੍ਹਾਂ ਨੇ ਫਰੋਡ ਕੀਤਾ, ਜਿਹੜਾ ਬੰਦਾ ਫਰੋਡ ਕਰਕੇ ਚੱਲ ਗਿਆ ਜਾਂ ਡੁਪਲੀਕੇਸੀ ਕੀਤੀ, ਇਸ ਮਿਲੀ ਭੁਗਤ ਨਾਲ ਇਹ ਕੁਛ ਨਹੀਂ ਹੋਇਆ। ਵਿੱਚ ਤਹਿਸੀਲਦਾਰ ਵੀ ਹੋ ਸਕਦਾ, ਜੋ ਇਹਨਾਂ ਦੀ ਪੂਰੀ ਟੀਮ ਹੈ, ਲੰਬੜਦਾਰ ਹੈ ਵਿੱਚ, ਜਾਂ ਜੋ ਵੀ ਇਹਨਾਂ ਦੇ ਕਾਨਗੋ ਵਗੈਰਾ ਜਿਹੜੇ ਵੀ ਹੈਗੇ ਆ ਪ੍ਰਸ਼ਾਸਨ ਦੇ, ਉਹ ਅਧਿਕਾਰੀ ਵਿੱਚ ਇਨਵੋਲਵ ਆ। ਉਸ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ ਸੀ, ਕਿਉਂਕਿ ਪ੍ਰੋਪਰ ਨਾਮ, ਪ੍ਰੋਪਰ ਇਹਨਾਂ ਦਾ ਐਡਰੈਸ, ਇੰਤਕਾਲ ਇਹਨਾਂ ਦਾ ਨਾਂ ਆ, ਸਾਰਾ ਕੁਛ ਇਹਨਾਂ ਦੇ ਨਾਂ, ਔਰ ਚਾਬੀ ਵੀ ਡੁਪਲੀਕੇਟ ਬਣਾਈ ਗਈ। ਮਤਲਬ ਇਸ ਤੋਂ ਵੱਡੀ ਹੋਰ ਕਿਹੜੀ ਇੱਥੇ ਫਰੋਡ ਹੋ ਸਕਦਾ? ਕਿਉਂਕਿ ਅਸੀਂ ਅੱਜ, ਕਿਉਂਕਿ ਮੈਂ ਸਰਕਾਰ ਦਾ ਇੱਕ ਹਿੱਸਾ ਛੋਟਾ ਜਿਹਾ, ਮੈਂ ਵੀ ਸਰਕਾਰ 'ਚ ਹੈ, ਮੈਂ ਅੱਜ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਸਾਡੇ ਜੋ ਬਹੁਤ ਹੀ ਸਾਡੇ ਹੋਣਹਾਰ ਜਿਹੜੇ ਮੰਤਰੀ ਹੈ ਸਿੱਧੂ ਸਾਹਿਬ, ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਇਸ ਜੋ ਤਹਿਸੀਲਦਾਰ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ਉਹਨਾਂ ਨੌਕਰੀ ਤੋਂ ਲਾਇਆ ਜਾਵੇ, ਕਿਉਂਕਿ ਲੋਕਾਂ ਦੇ ਤਾਂ ਆਪਣੇ ਰੁਝੇਵੇਂ ਬਹੁਤ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ। ਉਹੀ ਲੋਕ ਹੈ, ਰੋਜ਼ ਦੇਖਦੇ ਆ, ਲੋਕ ਲੱਗਾ ਹੈ, ਆਪਣੀ ਜ਼ਮੀਨ ਹੈ, ਉਸੇ ਜ਼ਮੀਨ ਨੂੰ ਜਦੋਂ ਕੋਈ ਦਿਖਾਉਣ ਆਇਆ ਤਾਂ ਬੜਾ ਵੱਡਾ ਜਲੰਧਰ ਦੇ ਸ਼ਹਿਰ ਵਿੱਚ ਨਹੀਂ, ਮੰਗ ਤਾਂ ਮੰਨੀ ਜਾਏਗੀ, ਕਿਉਂਕਿ ਜੇ ਨਹੀਂ ਮੰਨੀ ਗਈ ਤਾਂ ਅਸੀਂ ਪ੍ਰਸ਼ਾਸਨ ਦੇ ਅੱਗੇ ਜੋ ਵੀ ਕਾਨੂੰਨ ਹੁੰਦੀ ਹੈ ਐਜੀਟੇਸ਼ਨ ਅਸੀਂ ਕਰਾਂਗੇ, ਕਿਉਂਕਿ ਸਾਡੇ ਨਾਲ ਧੋਖਾ ਹੋਇਆ, ਅਸੀਂ ਥੋੜ੍ਹੀ ਉਹਨੂੰ ਕਰਾਂਗੇ। ਅਸੀਂ ਹਫ਼ਤੇ ਦਾ ਦੇਵਾਂਗੇ, ਹਫ਼ਤੇ ਦੇ ਵਿੱਚ ਜੇ ਤਾਂ ਪਰਚੇ ਹੋ ਜਾਂਦੇ ਜਾਂ ਕੋਈ ਸਾਨੂੰ ਪੈਰਵਾਈ ਸਾਡੀ ਪੂਰੀ ਤਰ੍ਹਾਂ ਹੁੰਦੀ ਹੈ, ਠੀਕ ਹੈ, ਜੇ ਨਹੀਂ ਹੁੰਦੀ ਤਾਂ ਅਸੀਂ ਪ੍ਰਸ਼ਾਸਨ ਦੇ ਮੂਹਰੇ ਅਸੀਂ ਆਪਣੇ ਫਰਿਆਦ ਦੇ ਤੌਰ 'ਤੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਜਾਂ ਹੋਰ ਜਿਹੜੀ ਵੀ ਕਾਨੂੰਨੀ ਕਾਰਵਾਈ ਅਸੀਂ ਲੜਾਂਗੇ। ਠੱਗਾਂ ਦੇ ਇੰਨੇ ਹੌਸਲੇ ਬੁਲੰਦ ਹਨ ਕਿ ਕਾਗਜ਼ੀ ਕਾਰਵਾਈ ਵੀ ਪੂਰੀ ਕਰੀ ਬੈਠੇ ਹਨ। ਇਸ ਵਿੱਚ ਕਿਸ ਕਿਸ ਦੀ ਮਿਲੀ ਭੁਗਤ ਹੈ ਉਸ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਤਾਂ ਜਲੰਧਰ ਰਹਿੰਦੇ ਚਰਨਜੀਤ ਸਿੰਘ ਨਾਲ ਵਾਪਰੀ ਘਟਨਾ ਹੈ। ਤੁਸੀਂ ਸੋਚੋ, ਜੋ ਸਾਡੇ ਭੈਣ ਭਰਾ ਵਿਦੇਸ਼ਾਂ ਵਿੱਚ ਰਹਿੰਦੇ ਹਨ, ਉਹਨਾਂ ਦੀ ਜਾਇਦਾਦ ਨਾਲ ਕੀ ਹੁੰਦਾ ਹੋਵੇਗਾ।